ਦਾਣਾ ਪਾਣ ਆਏ ਸੀਗੇ ਤੇ ਮੈਂ ਚੂਹੇ ਨੇ ਖੁੱਡਾ ਕਰਦੀ, ਬੜੇ ਬੜੇ ਦਰਖਤ ਗਿਰ ਜਾਂਦੇ ਚੂਹੇ ਦੇ ਖੁੱਡਾ ਨਾਲ, ਤੇ ਸਾਰਾ ਇਹ ਤਾਂ ਸਾਰਾ ਗਿਰ ਗੁਰ ਜਾਣਾ, ਜਿੰਨੀ ਆਪਾਂ ਪੱਟਰੀ ਪੁੱਟਰੀ ਬਣਾਈ ਹੈ ਸਾਰਾ ਨੁਕਸਾਨ ਹੋ ਜਾਣਾ। ਕੋਸ਼ਿਸ਼ ਕਰ ਰਹੇ ਹਾਂ ਇਹਨੂੰ ਬਣਾਉਣ ਦੀ ਨਾ। ਠੀਕ ਠਾਕ ਹੋ? ਠੀਕ, ਤੁਸੀਂ ਠੀਕ ਤੇ ਜੱਗ ਠੀਕ ਹੈ? ਤੇ ਅੱਜ ਦਾਣਾ ਪਾਓਗੇ ਹੈ? ਹੋਰ ਜੀ ਕੀ ਹਾਲ ਚਾਲ ਹੈ? ਵੈਸੇ ਚਲੋ ਹੈ ਤਾਂ ਹੁਣ ਤਾਂ ਸਾਫ਼ ਸਫਾਈ ਤਾਂ ਹੋਈ ਦੀ ਹੈਗੀ ਆ, ਨਹੀਂ ਪਹਿਲੇ ਤਾਂ ਬਹੁਤ ਬੁਰਾ ਹਾਲ ਸੀਗਾ, ਪਰ ਜਿਹੜੇ ਖੁੱਡਾਂ ਬਣ ਗਈਆਂ ਨੇ ਬਹੁਤ ਜ਼ਿਆਦਾ ਬੁਰਾ ਹਾਲ ਹੈਗਾ ਵਾ। ਚੂਹਾਂ ਦਾ ਮਿਹਰਬਾਨੀ, ਚੂਹਿਆਂ ਦੇ ਨਾ ਇੰਨਾ ਚੂਹਾ ਇੱਥੇ ਹੋ ਗਿਆ ਹੈਗਾ ਤਾਂ ਬਿਮਾਰੀ ਫੈਲ ਸਕਦੀ ਹੈਗੀ ਇਹਦੇ ਨਾਲ ਤਾਂ। ਅਤੇ ਉਹ ਪਹਿਲੇ ਰੱਖਵਾ ਜੀ ਬੜਾ ਚੂਹਾ ਹੋ ਗਿਆ ਸੀਗਾ, ਦੇਖਿਆ ਸੀ ਉੱਥੇ ਜੇ ਦਾਣਾ ਪਾਉਂਦੇ ਹੈਗੇ ਆ ਇੱਥੇ ਵੀ ਦਾਣੇ ਕਰਕੇ ਹੋ ਜਾਂਦੇ? ਹਾਂ, ਖਾਣ ਆਉਂਦੇ ਹੈਗੇ ਆ। ਜਦ ਕੋਈ ਇੱਦਾਂ ਸਿਸਟਮ ਬਣਾਇਆ ਜਾਵੇ ਨਾ ਲੋਕ ਆਪਣੇ ਨਾ ਗ੍ਰਹਿ ਆਪਣਾ ਭਲੇ ਦੇ ਲਈ ਵੀ ਸਾਡਾ ਫਾਇਦਾ ਹੋਊਗਾ ਤਾਂ ਫਿਰ ਇਹ ਪਾਉਂਦੇ ਹੈਗੇ ਆ। ਐਕਚੁਲੀ ਮਾਨਵਤਾ ਜਿਹੜੀ ਆ ਨਾ ਆਪਣੇ ਹਿਊਮਨ ਕਾਇੰਡ ਜਿਹੜੇ ਆਪਾਂ, ਹਾਂਜੀ ਹਾਂਜੀ, ਆਪਾਂ ਦਿਆਲੂ ਟਾਈਪ ਦੇ ਲੋਕ ਆ। ਹਾਂਜੀ ਹਾਂਜੀ, ਕਿਸੇ ਦਾ ਦੁੱਖ ਦਰਦ ਸਹਿ ਨਹੀਂ ਸਹਿ ਸਕਦੇ ਹੈਗੇ ਆਪਾਂ, ਹਰ ਕਿਸੇ ਭਲਾ ਜਾਂਦੇ ਆ। ਹਾਂ, ਭਲਾ ਜਾਂਦੇ, ਇਸ ਕਰਕੇ ਵੀ ਉਹ ਕਹਿੰਦੇ ਵੀ ਜਾਨਵਰ ਕਬੂਤਰ ਵੀ ਉਹ ਵੀ ਭੁੱਖੇ ਨਾ ਰਹਿਣ, ਤਾਂ ਹੀ ਅੱਜ ਕੱਲ੍ਹ ਤਾਂ ਬਹੁਤ ਲੋਕ ਪਾਉਣ ਲੱਗ ਗਏ ਹੁਣ। ਹਾਂ, ਹੁਣ ਤਾਂ ਸਾਰੀਆਂ ਸੜਕਾਂ ਦੇ ਉੱਤੇ ਕੋਈ ਨਾ ਕੋਈ ਜਾ ਕੇ ਮੁੱਠੀ ਪਾਈ ਦਿੰਦਾ ਹੈਗਾ ਵਾ, ਕਹਿੰਦਾ ਚਲੋ ਯਾਰ। ਇਹ ਕਹਿੰਦੇ ਆ ਵੀ ਜਿਹੜੇ ਸੜਕਾਂ ਤੇ ਨਹੀਂ ਪਾਣੇ ਚਾਹੀਦੇ ਕਿਉਂਕਿ ਸੜਕਾਂ ਦੇ ਉੱਪਰ ਟ੍ਰੈਫਿਕ ਜਾਮ ਹੋ ਜਾਂਦਾ, ਟ੍ਰੈਫਿਕ ਹੋ ਜਾਂਦਾ ਵਿੱਚ ਜਾਣਾ ਵੀ ਲੱਗ ਵੀ ਸਕਦੇ ਹੈਗੇ। ਜਗਰਾਉਂ ਪੁੱਲ ਤੇ ਦੇਖੀ ਦੇ ਨਾ, ਉੱਥੇ ਬੜਾ ਪਾਇਆ ਹੋਇਆ ਉਹਨਾਂ ਨੇ, ਤੇ ਹੋਰ ਵੀ ਕਈ ਜਗ੍ਹਾ ਦੇਖਿਆ ਗਿਆ ਮੈਂ, ਲੋਕ ਪਾ ਦਿੰਦੇ ਕਿਨਾਰਿਆਂ ਦੇ ਉੱਤੇ ਜੇ ਕੋਈ ਜਗ੍ਹਾ ਪ੍ਰੋਪਰ ਬਣੀ ਹੋਵੇ। ਚਲੋ ਇੱਕ ਰੱਖ ਬਾਗ ਦੇ ਵਿੱਚ ਕਾਫੀ ਹੈਗੀ ਪਰ ਉਹਦੇ ਚੂਹੇ ਖਤਮ ਕਰਦੇ ਉਹਨਾਂ ਨੂੰ ਨਹੀਂ ਹੁੰਦੇ ਜੀ ਖਤਮ, ਪਾਰਕ ਪੂਰਕ ਜੀ ਬਣਾ ਤੇ ਉਹਨਾਂ ਨੇ ਉੱਤੇ ਘਾਹ ਢੂਕ ਜਿਹੜਾ ਸੀਗਾ ਉਹ, ਫਿਰ ਇੱਧਰ ਉੱਧਰ ਖੁੱਡਾਂ ਬੁੜੀਆਂ ਕੱਢੀਆਂ ਹੋਈਆਂ। ਹਾਂ, ਖੁੱਡਾਂ ਤਾਂ ਹੈਗੀਆਂ ਜੀ, ਅੱਡੇ ਚੂਹੇ ਹੈਗੇ ਦੇਖਣ ਨੂੰ ਜਾਣੀ ਗਏ। ਹੈਂ, ਬਿੱਲੀਆਂ ਵੀ ਹੁਣ ਚਲੀਆਂ ਗਈਆਂ, ਬਿੱਲੀਆਂ ਹੁਣ ਉਹ ਹੈ ਨਹੀਂ ਬਿੱਲੀਆਂ ਜਿਹੜੀਆਂ ਪਹਿਲੇ ਹੁੰਦੀਆਂ ਸੀਗੀਆਂ, ਬਿੱਲੀਆਂ 'ਚ ਜਾਣ ਹੀ ਨਹੀਂ ਹੈਗੀ ਹੁਣ। ਐਕਚੁਲੀ ਕੀ ਹੈ, ਘਰਾਂ ਦੇ ਵਿੱਚ ਅੱਗੇ ਦੁੱਧ ਦੱਧ ਪੀ ਜਾਂਦੀਆਂ ਸੀਗੀਆਂ, ਉਹ ਸਭ ਬੰਦ ਹੋ ਗਿਆ ਉਹ ਕੰਮ। ਬਸ ਘਰਾਂ ਦੇ ਦਰਵਾਜ਼ੇ ਨਹੀਂ ਖੋਲਦੇ ਹੋਣਾ ਵਿਚਾਰੀਆਂ ਕੋਲ, ਐਂ ਤਿੰਨ ਤਿੰਨ ਦਰਵਾਜ਼ੇ ਲੱਗੇ ਹੋਏ ਜਾਲੀ ਵਾਲੇ, ਜਿਸ ਕਰਕੇ ਹਾਂ ਬਿੱਲੀਆਂ ਇਸ ਕਰਕੇ ਖਤਮ ਹੋ ਗਈਆਂ ਬਿੱਲੀਆਂ। ਤੁਸੀਂ ਕਿਹਨੂੰ ਕਵਰ ਕਰ ਰਹੇ ਹੋ? ਆ ਤੁਹਾਡੇ ਗੱਲਾਂ ਕਵਰ ਹੋ ਗਈਆਂ, ਇਹ ਤਾਂ ਵੈਸੇ ਗੱਲਾਂ ਕਰਦੇ ਰਹੀਦਾ ਹੈਗਾ ਵਾ। ਉਹ ਬਾਬੂ ਜੀ ਨੇ ਦੇਖਿਆ ਸੀਗਾ ਮੈਂ ਚੱਲ ਚਾਰ ਗੱਲਾਂ ਕਰਾਂਗਾ ਉਹਨਾਂ ਨਾਲ, ਬਾਬੂ ਜੀ ਉੱਧਰ ਚਲੇ ਗਏ ਹੈਗੇ ਨੇ। ਹਾਂ, ਹਾਂਜੀ, ਉੱਚਾ ਸੁਣਦੇ ਨੇ। ਅੱਛਾ ਅੱਛਾ, ਉੱਚਾ ਸੁਣਦਾ ਹੈਗਾ ਵਾ। ਅਸੀਂ ਤਾਂ ਇੱਧਰ ਗੱਲ ਕਰਨ ਆਏ ਸੀਗੇ, ਅੱਜ ਕੱਲ੍ਹ ਬਲੋਗਰ ਹੁੰਦੇ ਆ ਨਾ ਗੋਲ ਗੱਪਿਆਂ ਦੀ ਬਣਾ ਲਈ ਆ, ਖਾਣ ਪੀਣ ਦੀਆਂ ਲੋਕ, ਉਹ ਜਿਹੜੇ ਰੇਹੜੀਆਂ ਵਾਲੇ ਸੀ ਨਾ, ਹੁਣ ਕਹਿੰਦੇ ਭਾਈ ਚਾਹ ਜਾ ਤੂੰ, ਕਿਉਂਕਿ ਹਰ ਕੋਈ ਬੰਦਾ ਚੱਕ ਕੇ ਨਾ ਮਾਈਕ ਜਿਹਾ ਕਹਿੰਦਾ ਸ਼ਾਇਦ ਪੈਸੇ ਜ਼ਿਆਦਾ ਬਣਦੇ ਨੇ, ਪੈਸੇ ਪੂਸੇ ਨਹੀਂ ਬਣਦੇ ਹੈਗੇ ਲੋਕਾਂ ਦੇ ਦਿਮਾਗ 'ਚ ਨਾ, ਕੀੜਾ ਆਪਣੇ ਲੋਕਾਂ ਦੇ। ਨਹੀਂ, ਤੁਸੀਂ ਕਿਹਨੂੰ ਕਵਰ ਕਰਦੇ ਹੋ? ਅਸੀਂ ਹਰ ਚੀਜ਼ ਨੂੰ ਕਵਰ ਕਰਦੇ ਹਾਂ ਜੀ। ਨਹੀਂ, ਕਿੱਥੇ ਡਿਸਪਲੇ ਕਿੱਥੇ ਕਰਦੇ ਹੋ? ਡਿਸਪਲੇ ਸਾਡਾ ਨਹੀਂ, ਯੂਟਿਊਬ ਸੋਸ਼ਲ ਮੀਡੀਆ 'ਤੇ ਹੁੰਦਾ ਹੈਗਾ, ਫੇਸਬੁੱਕ 'ਤੇ, ਸੋਸ਼ਲ ਮੀਡੀਆ 'ਤੇ, ਇੰਸਟਾਗ੍ਰਾਮ 'ਤੇ ਹੁੰਦਾ ਵਾ, ਆਹ ਕਾਰਡ ਤੁਹਾਨੂੰ ਦਿੰਦਾ ਹੈਗਾ ਵਾ, ਇੱਥੇ ਦੇਖਿਆ ਕਰੋ ਤੁਸੀਂ ਸਾਡੀਆਂ ਜਿਹੜੀਆਂ ਹੁੰਦੀਆਂ ਨਾ, ਆਹ ਲਿਖੋ ਨਾ ਏ ਜੇ ਐਲ ਲਿਖੋਗੇ ਨਾ ਵਿੱਚੋਂ ਦੇ, ਇੱਦਾਂ ਦਾ ਲੋਗੋ ਆ ਜਾਊਗਾ। ਹਾਂ ਹਾਂ, ਲਿਖੋ ਇੱਦਾਂ ਦਾ ਲੋਗੋ ਆ ਜਾਊਗਾ। ਉਹ ਸਾਰੀਆਂ ਸਾਰੀਆਂ ਸਾਡੀਆਂ ਸਮਾਜ ਦੀਆਂ ਖਬਰਾਂ ਹੁੰਦੀਆਂ ਨੇ, ਸੋਚ ਬਦਲੋ ਸਮਾਜ ਬਦਲੇਗਾ, ਅਤੇ ਆਪਾਂ ਲੋਕਾਂ ਨੇ ਸਮਾਜ ਸੁਧਾਰਨਾ ਇਹ ਹੈ। ਆਪਾਂ ਸੋਚਦੇ ਉਹ ਕਰੂਗਾ, ਨਹੀਂ, ਸਮਾਜ ਕੀ ਹੈ, ਇਨਸਾਨਾਂ ਦਾ ਇੱਕ ਸਮੂਹ ਹੈ, ਸਮੂਹ ਆ ਉਹ, ਸਮਾਜ ਦਾ ਜਿਹੜਾ ਸਮੂਹ ਹੈ ਉਹਨੂੰ ਠੀਕ ਕਰਨਾ, ਬਸ ਬਸ ਬਸ, ਆਪੇ ਕਰਨਾ ਇੱਕ ਦੂਜੇ ਨੇ, ਨਹੀਂ ਤਾਂ ਚਲੋ ਚੱਲੀਦਾ ਮੇਲਾ ਯਾਤਰਾ 'ਤੇ ਆਏ ਹੈਗੇ ਚਲੇ ਜਾਣਾ, ਆਪਣਾ ਆਪਣਾ ਪਾਰਟ ਪਾਰਟ ਪਲੇ ਕਰਨਾ, ਬਸ 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 ਬਸ, ਐਵੇਂ ਲੋਕੀ ਕਹਿੰਦੇ ਵੀ ਮੇਰਾ ਕੁਛ ਨਹੀਂ ਮੇਰਾ ਹੈ, ਉਹ ਦੇਖੋ ਆਪਣਾ ਪਾਰਟ ਪਲੇ ਕਰਨ, ਬਾਬੂ ਜੀ ਦੇਖੋ ਕਿਸੇ ਨੇ ਕਿਹਾ ਥੋੜ੍ਹੀ ਉਹਨਾਂ ਨੂੰ,
ਆਪਣੀ ਹੁਣ ਲਗਨ ਲੱਗੀ ਹੋਈ ਇਹਦੇ ਪਾਸੇ, ਅਤੇ ਅਸੀਂ ਆਪਣੀ ਲਗਨ 'ਚ ਖੜ੍ਹੇ ਸੀਗੇ, ਚੱਲ ਮੈਂ ਕਿਹਾ ਅੰਦਰ ਚੱਲੀਏ, ਅਤੇ ਚੱਲਦੇ ਚੱਲਦੇ ਤੁਹਾਡੇ ਨਾਲ ਗੱਲ ਹੋ ਗਈ। ਚਲੋ ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ।